ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਇਸ ਟਾਈਮ ਅਸੀਂ ਲਾਈਵ ਓਫੀਸ਼ੀਅਲ ਪੇਜ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਲਾਈਵ ਦਰਸ਼ਨ ਕਰਾਉਣ ਲੱਗੇ ਹਾਂ। ਸੰਗਤਾਂ ਦੀ ਤਰਫੋਂ ਕਾਫੀ ਰਿਕੁਐਸਟਾਂ ਆਈਆਂ ਸਨ ਕਿ ਵੀ ਗੁਰਦੁਆਰੇ ਦੇ ਅੰਦਰੋਂ ਵੀ ਮੇਨ ਅਸਥਾਨ ਜਿਹੜੀ ਇਬਾਦਤਗਾਹ ਹੈ ਉੱਥੋਂ ਵੀ ਸ਼ਹੀਦੀ ਅਸਥਾਨ ਵੀ ਦਿਖਾਇਆ ਜਾਏ, ਅਤੇ ਅਸੀਂ ਉਹ ਸਾਰਾ ਲਾਈਵ ਹੁਣ ਦਰਸ਼ਨ ਕਰਵਾਉਣ ਲੱਗੇ ਹਾਂ। ਇਸ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਬਾਹਰ ਦਾ ਤੁਹਾਨੂੰ ਨਜ਼ਾਰਾ ਕਰਵਾ ਦਈਏ ਥੋੜ੍ਹੇ ਜਿਹਾ। ਸਾਧ ਸੰਗਤ ਜੀ, ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਹੋ ਮੇਨ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ। ਗੇਟ ਤੋਂ ਇੰਟਰ ਹੁੰਦੇ ਹੀ ਬੜੇ ਖੂਬਸੂਰਤ ਫੁੱਲ ਜਿਹੜੇ ਨੇ ਉਹ ਲਗਾਏ ਗਏ ਨੇ। ਗੇਟ ਤੋਂ ਇੰਟਰ ਹੁੰਦੇ ਹੀ ਸੱਜੇ ਹੱਥ ਐਡਮਿਨਿਸਟ੍ਰੇਸ਼ਨ ਬਲਾਕ ਅਤੇ ਡਿਸਪੈਂਸਰੀ ਦੀ ਤਾਮੀਰ ਕੀਤੀ ਗਈ ਹੈ। ਇਸ ਟਾਈਮ ਬਿਲਕੁਲ ਸਾਹਮਣੇ ਜਿਹੜਾ ਬਲਾਕ ਤੁਸੀਂ ਦੇਖ ਰਹੇ ਹੋ ਐਡਮਿਨਿਸਟ੍ਰੇਸ਼ਨ ਬਲਾਕ ਹੈ। ਜੀ ਗੁਰਮੀਤ ਸਿੰਘ ਵੀਰ ਜੀ ਸਾਡੇ ਨਾਲ ਡੇਲੀ ਸਾਡੇ ਹੁਕਮਨਾਮੇ ਪੇਜ 'ਤੇ ਵੀ ਆਉਂਦੇ ਨੇ, ਇਹ ਸਾਡੇ ਰੈਗੂਲਰ ਆਉਣ ਵਾਲੇ ਨੇ, ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਕੋਲ ਬੋਲਿਆ ਨਹੀਂ ਜਾਣਾ। ਨਰਿੰਦਰ ਨੈਨਾ ਹੰਸ ਜੀ ਐਨ ਨੂੰ ਆਖਦੇ ਹਾਂ ਜੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰਮੁਖ ਦਾਸ ਸਾਹਿਬ ਜੀ ਐਨ ਨੂੰ ਆਖਦੇ ਹਾਂ ਸਤਿ ਸ਼੍ਰੀ ਅਕਾਲ, ਵੈਲਕਮ। ਪ੍ਰਤਾਪ ਜੀ ਸਤਿ ਸ਼੍ਰੀ ਅਕਾਲ ਜੀ। ਗੁਰਮੁਖ ਦਾਸ, ਧੰਨ ਗੁਰੂ ਨਾਨਕ। ਜਿਹੜੇ ਪੁਰਾਣੇ ਆ ਚੁੱਕੇ ਹੋਏ ਨੇ ਇੱਥੇ ਦਰਸ਼ਨ ਕਰ ਚੁੱਕੇ ਨੇ ਗੁਰਦੁਆਰਾ ਜਨਮ ਅਸਥਾਨ ਦੇ, ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਐਡਮਿਨਿਸਟ੍ਰੇਸ਼ਨ ਬਲਾਕ ਦੇ ਸਾਹਮਣੇ ਇੱਕ ਬੜਾ ਹੀ ਖੂਬਸੂਰਤ ਜਿਹਾ ਛੋਟਾ ਜਿਹਾ ਪਲਾਟ ਬਣਾਇਆ ਗਿਆ, ਜਿਨ੍ਹਾਂ ਨੂੰ ਲਾਈਟ ਵਾਲੇ ਗਲੋਬ ਅਤੇ ਫੁੱਲਾਂ ਦੇ ਨਾਲ ਸਜਾਇਆ ਗਿਆ। ਇਹ ਨਾਲ ਦੇ ਨਾਲ ਇੱਥੇ ਕਾਫੀ ਜ਼ਿਆਦਾ ਫੁੱਲਾਂ ਦਾ ਕੰਮ ਜਿਹੜਾ ਉਹ ਫੁੱਲ ਲਗਾਏ ਗਏ ਨੇ ਖੂਬਸੂਰਤੀ ਵਾਸਤੇ। ਪੌਦਿਆਂ ਦੀ ਬੜੀ ਹੀ ਖੂਬਸੂਰਤ ਕਟਿੰਗ ਕੀਤੀ ਗਈ ਹੈ ਜੀ, ਉਹਨਾਂ ਨੂੰ ਇੱਕ ਜੈਸਾ ਰੱਖਣ ਵਾਸਤੇ ਉਹਨਾਂ ਦੀ ਕਟਿੰਗ ਦੇ ਉੱਤੇ ਬੜੀ ਤਵੱਜੋ ਦਿੱਤੀ ਗਈ ਹੈ। ਇੱਕ ਹੋਰ ਚੀਜ਼ ਮੈਂ ਨਾਲ ਦੇ ਨਾਲ ਸਾਰਾ ਤੁਹਾਨੂੰ ਇਸੇ ਤਰ੍ਹਾਂ ਹੀ ਫਿਰ ਅਸੀਂ ਅੰਦਰ ਵੀ ਜਾਵਾਂਗੇ, ਮੇਨ ਅਸਥਾਨ ਦੇ ਦਰਸ਼ਨ ਵੀ ਕਰਾਂਗੇ ਜੀ। ਇਹ ਬਿਲਕੁਲ ਸਾਹਮਣੇ ਐਂਡ 'ਤੇ ਜਿਹੜੇ ਯਾਤਰੀ ਆਉਂਦੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਕ ਬਰਾਮਦਾ ਤਿਆਰ ਕੀਤਾ ਗਿਆ ਛਾਂ ਵਾਸਤੇ, ਕਿਉਂਕਿ ਸਾਡੇ ਜਿੰਨੇ ਵੀ ਮੇਲੇ ਨੇ ਉਹ ਇੱਕ ਅਪ੍ਰੈਲ ਦੇ ਵਿੱਚ ਵੀ ਸਾਡੇ ਕੋਲ ਵਿਸਾਖੀ ਦਾ ਮੇਲਾ ਵੀ ਆਉਂਦਾ, ਜੂਨ ਦੇ ਵਿੱਚ ਵੀ ਸਾਡੇ ਕੋਲ ਜੱਥੇ ਆਉਂਦੇ ਨੇ, ਇਸ ਤੋਂ ਇਲਾਵਾ ਵੀ ਜੱਥੇ ਆਉਂਦੇ ਰਹਿੰਦੇ ਨੇ, ਅਤੇ ਉਹਨਾਂ ਵਾਸਤੇ ਕਿ ਉਹ ਗਰਮੀ ਦੇ ਵਿੱਚ ਖੜ੍ਹੇ ਨਾ ਹੋਣ। ਉੱਥੇ ਇਹਨਾਂ ਨੂੰ ਬੜੀ ਮਸਲਾ ਹੁੰਦਾ ਸੀ ਕਿ ਟੈਂਟ ਹੁੰਦਾ ਸੀ ਅਤੇ ਉਹ ਟੈਂਟ ਤੋਂ ਬੜੀ ਗਰਮੀ ਜਿਹੜੀ ਸੀ, ਇੱਥੇ ਪੱਖੇ ਸਾਰਾ ਇੰਤਜ਼ਾਮ ਕੀਤਾ ਜਾਏਗਾ। ਇਹ ਤੁਸੀਂ ਦੇਖ ਰਹੇ ਹੋ ਇੱਕ ਜੈਸੇ ਗਮਲਿਆਂ ਦਾ ਰੰਗ ਜੀ, ਆਹਿਸਤਾ ਆਹਿਸਤਾ ਅੱਗੇ ਚੱਲਦੇ ਹਾਂ।
ਮੈਂ ਜੀ ਪੇਜ 'ਤੇ ਸਾਰਿਆਂ ਨੂੰ ਜੁੜਨ ਵਾਲਿਆਂ ਨੂੰ ਜੀ ਆਇਆਂ ਨੂੰ ਆਖਦਿਆਂ ਵਾਂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਮਿੰਦਰ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ। ਇਹ ਜੀ ਮੇਨ ਗੇਟ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਲੇਜ਼ਰ ਫਾਊਂਟੇਨ, ਜਿਹਦੀ ਕਿ ਕੱਲ੍ਹ ਵੀਡੀਓ ਮੈਂ ਲਾਈਵ ਚਲਾਈ ਸੀ, ਉਹ ਬਣਾਇਆ ਗਿਆ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਆਇਆਂ ਨੂੰ। ਕਟਿੰਗ ਬੜੀ ਪਿਆਰੀ ਕੀਤੀ ਗਈ ਹੈ ਜੀ, ਜਿੰਨੀਆਂ ਵੀ ਲਗਾਈਆਂ ਗਈਆਂ ਨੇ। ਗੁਰਲਾਲ ਸਿੰਘ ਬਰਾਇਟ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੇਜ 'ਤੇ ਜੀ ਆਇਆਂ ਨੂੰ ਆਖਣਾ ਵਾਂ, ਅਤੇ ਦੂਸਰੀ ਗੱਲ ਹੈ ਕਿ ਜਿਹੜੀ ਤੁਸੀਂ ਕੀਤੀ ਹੈ ਕਿ ਜੀ ਪੀਲਾ ਰੰਗ ਮੇਨ ਇੰਟਰਸਟ ਦਾ ਉਹ ਸੋਹਣਾ ਲੱਗਦਾ ਸੀ, ਅਤੇ ਜੀ ਇਹ ਜਿੰਨੀਆਂ ਵੀ ਸਾਡੀਆਂ ਸੰਗਤਾਂ ਨੇ ਆ ਸਾਰਿਆਂ ਦੀ ਮੁਸ਼ਾਵਰਤ ਦੇ ਨਾਲ ਇਹਨੂੰ ਇਹ ਰੰਗ ਕੀਤਾ ਗਿਆ, ਅਤੇ ਇਹ ਤਕਰੀਬਨ ਤੀਸਰਾ ਸਾਲ ਹੈ ਕਿ ਦਾ ਵਾਈਟ ਕਲਰ ਹੈ। ਇਸ ਤੋਂ ਪਹਿਲੇ ਬਿਲਕੁਲ ਪੁਰਾਣੇ ਜਿਹੜੇ ਤਸਵੀਰਾਂ ਨੇ ਅਸੀਂ ਜਿਹੜਾ ਦੇਖਿਆ ਆ ਉਹਦੇ ਵਿੱਚ ਇਹਦਾ ਰੰਗ ਜਿਹੜਾ ਉਹ ਬਿਲਕੁਲ ਪੀਲਾ ਰੰਗ ਹੈ, ਅਤੇ ਉਹ ਕੋਈ ਸ਼ੱਕ ਨਹੀਂ ਕਿ ਉਹ ਵਾਕਈ ਬਹੁਤ ਖੂਬਸੂਰਤ ਲੱਗਦਾ। ਵਿਕਾਸ ਜੀ, ਵਾਹਿਗੁਰੂ ਜੀ। ਨੀਤੂ ਆਹੂਜਾ ਜੀ, ਵਾਹਿਗੁਰੂ ਜੀ। ਇਹ ਵੀ ਸਾਡੇ ਰੈਗੂਲਰ ਪੇਜ 'ਤੇ ਆਉਣ ਵਾਲੇ ਨੇ। ਹਾਂਜੀ, ਇਹ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਕਿ ਇੱਥੇ ਫੋਨ ਸੁਣ ਲਈ ਮੈਨੂੰ ਲੱਗਦਾ ਪਹਿਲੇ ਫੋਨ ਸੁਣ ਲਈ ਜੀ ਸਰ। ਕਾਹਦੀਆਂ? ਅੱਧਾ ਘੰਟਾ ਲੱਗ ਜਾਣਾ ਸਰ, ਮੈਂ ਜ਼ਰਾ ਪੇਜ ਲਾਈਵ ਚਲਾ ਰਿਹਾ ਅਤੇ ਚਲੋ ਮੈਂ ਪੇਜ ਤੋਂ ਫਰੀ ਹੋ ਕੇ ਅਤੇ ਫਿਰ ਕਰ ਦਿੰਦਾ। ਠੀਕ, ਫੁੱਲ ਜਿਹੜੇ ਨੇ ਜੀ ਬੜੇ ਖੂਬਸੂਰਤ ਫੁੱਲ, ਇਹ ਆਉਣ ਵਾਲਿਆਂ ਨੂੰ ਇੱਕ ਆਪਣੀ ਤਰਫ ਖਿੱਚਦੇ ਨੇ। ਗੁਰਲਾਲ ਸਿੰਘ ਰਾਏ 'ਚ ਗਿਲਾਨੀ ਸਾਹਿਬ ਦਾ ਕੀ ਹਾਲ ਹੈ? ਲਓ ਜੀ, ਗੁਰਲਾਲ ਵੀਰ ਜੀ ਤੁਸੀਂ ਜੁੜੇ ਰਿਹਾ ਜੇ, ਅਤੇ ਮੈਂ ਬਿਲਕੁਲ ਗਿਲਾਨੀ ਸਾਹਿਬ ਦੇ ਕੋਲ ਹੀ ਹਾਂ, ਅਤੇ ਮੈਂ ਨਾ ਉਹ ਆਪ ਹੀ ਤੁਹਾਨੂੰ ਦੱਸਣਗੇ ਕਿ ਉਹਨਾਂ ਦਾ ਕੀ ਹਾਲ ਹੈ। ਉਸਕੀ ਗਲਤੀ ਹੈ ਕਿ ਉਸਨੇ ਹੈੱਡ ਆਫਿਸ ਦੀ ਡਿਮਾਂਡ ਤੋਂ ਜੋ ਹੈ ਨਾ, ਉਸਨੇ ਮੇਰੀ ਡਿਮਾਂਡ ਤੋਂ ਉਸਨੇ ਜਾਣਾ ਪੂਰਾ। ਹਾਂਜੀ ਲਵਲੀ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਸੁਰਿੰਦਰ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਬਾਸ ਕਮਾਲ ਜੀ ਜੀ ਆਇਆਂ ਨੂੰ ਆਖ ਰਿਹਾ ਤੁਹਾਨੂੰ ਅਤੇ ਤੁਹਾਡਾ ਵੀ ਸ਼ੁਕਰੀਆ ਜੀ, ਤੁਸੀਂ ਸਾਡਾ ਪੇਜ ਜਿਹੜਾ ਤੁਸੀਂ ਲਾਈਵ ਦੇਖਦੇ ਹੋ। ਇੱਧਰੋਂ ਤੁਹਾਨੂੰ ਪਹਿਲੇ ਕਰਵਾ ਦਈਏ ਥੋੜ੍ਹੇ ਜਿਹੇ ਅਤੇ ਫਿਰ ਅੰਦਰ ਚੱਲਦੇ ਹਾਂ। ਇਹ ਜੀ 550 ਈਅਰ ਵਿਦ ਦ ਟੀਚਿੰਗ ਆਫ ਗੁਰੂ ਨਾਨਕ ਦੇਵ ਜੀ 1469 ਤੋਂ ਲੈ ਕੇ 2019 ਤੱਕ ਸਾਢੇ 500 ਸਾਲ ਗੁਰੂ ਨਾਨਕ ਜੀ ਦੇ ਨਾਲ। ਅਮਰਜੀਤ ਸਿੰਘ ਜੀ ਜੀ ਆਇਆਂ ਨੂੰ ਆਖਦੇ ਹਾਂ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ। ਸ਼ਾਮ ਦਾ ਟਾਈਮ ਕੋਸ਼ਿਸ਼ ਕਰਾਂਗਾ ਕਿ ਜੀ ਤੁਹਾਨੂੰ ਕੌਰ ਜਗਜੀਤ ਜੀ ਇਹ ਕੱਲ੍ਹ ਵੀ ਸਾਡੇ ਨਾਲ ਬਿਲਕੁਲ ਲਾਈਵ ਸਾਡੇ ਨਾਲ ਰਹੇ ਨੇ ਅਤੇ ਮੈਂ ਇਹਨਾਂ ਜੀ ਆਇਆਂ ਨੂੰ ਆਖਣਾ ਵਾਂ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਇਹ ਦੇਖੋ ਜੀ ਮੈਂ ਕੋਸ਼ਿਸ਼ ਕਰ ਰਿਹਾ ਵਾਂ ਪਰਿੰਦਿਆਂ ਦੀ ਵੀਡੀਓ ਜਿਹੜੀ ਆ ਉਹ ਜ਼ਰਾ ਅੱਛੇ ਤਰੀਕੇ ਨਾਲ ਆ ਜਾਏ, ਨਹੀਂ ਤਾਂ ਅਸੀਂ ਲਾਈਵ ਤੋਂ ਹਟ ਕੇ ਇੱਕ ਕਲਿੱਪ ਬਣਾ ਕੇ ਇਹਨਾਂ ਦਾ ਉਹ ਵੀ ਮੈਂ ਪੇਜ 'ਤੇ ਜਿਹੜਾ ਸ਼ੇਅਰ ਕਰਾਂਗਾ। ਇਸ ਟਾਈਮ ਮਗਰਬ ਦੇ ਪਹਿਲੇ ਪਹਿਲੇ ਬੜਾ ਹੀ ਪਿਆਰਾ ਇੱਕ ਮੰਜ਼ਰ ਪੇਸ਼ ਕਰਦੇ ਨੇ ਜੀ, ਇਹਨਾਂ ਵਿੱਚ ਇਹ ਚਹਾਹਟ ਜਿਹੜੀ ਆ ਬੜੀ ਜ਼ਬਰਦਸਤ ਆ। ਅਮਰਜੀਤ ਸਿੰਘ ਤਾਹਿਰ ਨਵਾਜ਼ ਜੀ, ਧੰਨ ਗੁਰੂ ਨਾਨਕ ਦੇਵ ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਪਿਆਰ ਭਰਿਆ ਜੀ ਆਇਆਂ ਨੂੰ ਪੇਜ 'ਤੇ। ਬਿਲਕੁਲ ਸ਼ਾਮ ਦਾ ਟਾਈਮ ਹੈ ਅਤੇ ਉਹ ਭਾਵੇਂ ਗੇਟ ਵਾਲੇ ਨੂੰ ਨਹੀਂ ਦਿੰਦੇ ਇਹ ਕਸਟਮਰ ਅਤੇ ਲਤੀਫ ਲਤੀਫ ਨਾਲ ਜੋ ਚਿਗਮ ਨਾ ਗੁੱਸੇ ਹੋਵੇ ਫਿਰ ਨਹੀਂ ਗੁਰੂ ਜੋਗਾ ਸਿੰਘ ਖਾਲਸਾ ਜੀ ਜੀ ਆਇਆਂ ਨੂੰ ਕਹਿੰਦੇ ਆ ਜੀ ਤੁਹਾਨੂੰ ਆਪਣੇ ਪੇਜ 'ਤੇ। ਅਤੇ ਵੀਰ ਜੀ ਲਿਖ ਰਹੇ ਨੇ ਕਿ ਆਈ ਕਾਊਂਟ ਦ ਬਰਡਸ ਦੇ ਆਰ 550 ਵਾਓ ਇਟਸ ਅਮੇਜ਼ਿੰਗ। ਕਿਉਂਕਿ ਗਿਣਤੀ ਮੈਂ ਨਹੀਂ ਕੀਤੇ, ਗਿਣਤੀ ਤੁਸੀਂ ਕੀਤੇ ਨੇ ਅਤੇ ਇਹ ਤਾਂ ਬੜੀ ਅੱਛੀ ਗੱਲ ਹੈ। ਹਰੇਸ਼ ਕੁਮਾਰ ਵਾਹਿਗੁਰੂ ਜੀ ਜੀ ਆਇਆਂ ਨੂੰ। ਸੁਰਿੰਦਰ ਭਟਰਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਗੁਰਮੁਖੀ ਦੇ ਵਿੱਚ ਤੁਸੀਂ ਕਮੈਂਟ ਕੀਤਾ ਜਿਹੜਾ ਮੈਨੂੰ ਪੜ੍ਹਨਾ ਨਹੀਂ ਆਉਂਦਾ, ਕੋਈ ਗੱਲ ਨਹੀਂ। ਮੇਰਾ ਖਿਆਲ ਅੰਦਰ ਸਟ੍ਰੀਟ ਲਾਈਟਸ ਔਨ ਹੋ ਗਈਆਂ ਨੇ ਜਿਹੜੀਆਂ ਕਿ ਮੇਨ ਲੱਗੀਆਂ ਹੋਈਆਂ ਨੇ ਸਾਡੀਆਂ ਇੱਥੇ ਸਭ ਤੋਂ ਖੂਬਸੂਰਤ ਅਤੇ ਵਧੀਆ ਲੱਗ ਰਿਹਾ। ਫੁੱਲਾਂ ਦੇ ਵਿੱਚ ਘਿਰਿਆ ਆ 550 ਲਿਖਿਆ।
ਚਲੀਏ ਜੀ ਹੁਣ ਅੰਦਰ ਚੱਲਦੇ ਹਾਂ ਮੇਨ ਅਸਥਾਨ ਦੇ ਵਿੱਚ ਉੱਥੋਂ ਦੇ ਦਰਸ਼ਨ ਕਰਨੇ ਆ ਜੀ ਦੇਖੋ ਜੀ ਛੋਟੇ ਛੋਟੇ ਬੱਚੇ ਜਿਹੜੇ ਨੇ ਸੇਵਾ ਕਰ ਰਹੇ ਨੇ ਸੰਜੇ ਮਿੱਤਲ ਵਾਹਿਗੁਰੂ ਜੀ ਜੀਆਂ ਨੂੰ ਹੁਣ ਅੰਦਰ ਇਸ ਟਾਈਮ ਮੈਂ ਮੇਨ ਜਨਮ ਸਥਾਨ ਦਰਬਾਰ ਸਾਹਿਬ ਵਾਲੀ ਜਗ੍ਹਾ 'ਤੇ ਪਹੁੰਚ ਗਿਆ ਮੈਂ ਇੱਥੇ ਇਸ ਟਾਈਮ ਇਬਾਦਤ ਹੋ ਰਹੀ ਹੈ ਅਤੇ ਅੱਗੇ ਮੈਂ ਜਾ ਕੇ ਬੋਲ ਨਹੀਂ ਸਕਾਂਗਾ ਬਾਕੀ ਦੇ ਕਮੈਂਟ ਦੇ ਜਵਾਬ ਜਿੰਨੇ ਵੀ ਨੇ ਉਹ ਅਸੀਂ ਫਿਰ ਬਾਅਦ ਵਿੱਚ ਕਰਾਂਗੇ ਇਸ ਟਾਈਮ ਮੈਂ ਸਿਰਫ ਤੁਹਾਨੂੰ ਦਰਸ਼ਨ ਕਰਵਾਵਾਂਗਾ ਸ਼ਹੀਦੀ ਜਨ ਜਿੱਥੇ ਭਾਈ ਲਕਸ਼ਮਣ ਸਿੰਘ ਜੀ ਨੂੰ ਜਿੰਦਾ ਨੂੰ ਲਟਕਾ ਕੇ ਅਤੇ ਅੱਗ ਲਾ ਕੇ ਬੜੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ
ਜੀ ਸ਼ਹੀਦੀ ਅਸਥਾਨ ਅਤੇ ਗੋਲਡ ਦੀ ਪਾਲਕੀ ਜਿਹੜੀ 2005 ਦੇ ਵਿੱਚ ਇੰਡੀਆ ਪੰਜਾਬ ਤੋਂ ਆਈ ਸੀ ਇੱਥੇ ਅੱਜ ਅਸੀਂ ਇੰਨਾ ਜ਼ਿਆਦਾ ਟਾਈਮ ਨਹੀਂ ਦੇ ਸਕੇ ਕਿਉਂਕਿ ਤਿਆਰੀਆਂ ਚੱਲ ਰਹੀਆਂ ਨੇ ਗੁਰਦੁਆਰੇ ਦੇ ਅੰਦਰ ਜਿੰਨੇ ਵੀ ਹੈਗੇ ਨੇ ਸਭ ਜਗ੍ਹਾ 'ਤੇ ਕੰਮ ਚੱਲ ਰਿਹਾ ਅਤੇ ਜ਼ਿਆਦਾ ਅਸੀਂ ਟਾਈਮ ਲਾਈਵ ਦਾ ਨਹੀਂ ਦੇ ਸਕਦੇ ਅਤੇ ਕੱਲ੍ਹ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਜ਼ਿਆਦਾ ਤੋਂ ਜ਼ਿਆਦਾ ਟਾਈਮ ਦੇ ਸਕੀਏ ਸੰਗਤਾਂ ਨੂੰ ਵੱਧ ਤੋਂ ਵੱਧ ਦਰਸ਼ਨ ਕਰਵਾ ਸਕੀਏ ਇਹ ਸਾਡੇ ਵਾਸਤੇ ਬੜੀ ਇਜ਼ਾਜ਼ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਜੀ ਵੀਰ ਜੀ ਇਸ ਟਾਈਮ ਤੁਸੀਂ ਸੋਨੇ ਦੀ ਪਾਲਕੀ ਦੇ ਹੀ ਦਰਸ਼ਨ ਕਰ ਰਹੇ ਹੋ ਸ਼ੀਸ਼ਾ ਲੱਗੇ ਨਾਲ ਮੇਰਾ ਖਿਆਲ ਹੈ ਉਹ ਸਹੀ ਠੀਕ ਹੈ ਜੀ ਅਸੀਂ ਫਿਰ ਥੋੜ੍ਹੀ ਦੇਰ ਤੱਕ ਲਾਈਵ ਦਰਸ਼ਨ ਕਰਵਾਵਾਂਗੇ ਉਦੋਂ ਤੱਕ ਸਾਰਿਆਂ ਨੂੰ ਪਿਆਰ ਬੜਾ ਸਤਿ ਸ਼੍ਰੀ ਅਕਾਲ ਸਾਰੇ ਚੜ੍ਹਦੀ ਕਲਾ 'ਚ ਰਹਿਣ ਜੀ ਵਾਹਿਗੁਰੂ ਸਭ 'ਤੇ ਆਪਣੀ ਮਿਹਰ ਬਣਾਈ ਰੱਖੇ